ਫਿਲਮੀ ਵਲੌਗਰ ਦੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਤਿੰਦਰ ਸਰਤਾਜ ਦਾ ਇਹ ਗਾਣਾ ਸੁਣੋ। ਜ਼ਾਹਿਰ ਹੈ ਕਿ ਇਹ ਗਾਣਾ ਤੁਸੀਂ ਪਹਿਲਾਂ ਵੀ ਬਹੁਤ ਵਾਰ YouTube ਤੇ ਸੁਣਿਆ ਹੋਵੇਗਾ ਤੇ ਇਸ ਦੇ ਨਾਲ ਹੀ ਤੁਸੀਂ ਸੋਚ ਰਹੇ ਹੋਵੋਗੇ ਕਿ ਇਸ ਵੀਡੀਓ ਦੇ ਵਿੱਚ ਅਸੀਂ ਇਹ ਗਾਣਾ ਦੁਬਾਰਾ ਕਿਉਂ ਸੁਣਿਆ। ਚਲੋ ਤੁਹਾਨੂੰ ਇਸ ਗਾਣੇ ਦੇ ਬਾਰੇ ਵਿੱਚ ਇੱਕ ਇੰਟਰਸਟਿੰਗ ਗੱਲ ਦੱਸਦੇ ਹਾਂ। ਜੀ ਹਾਂ, ਸਤਿੰਦਰ ਸਰਤਾਜ ਦਾ ਇਹ ਗਾਣਾ ਭੁੱਲੀਏ ਕਿਵੇਂ ਅੱਜ ਤੱਕ ਕਿਸੇ ਵੀ ਮਿਊਜ਼ਿਕ ਲੇਬਲ ਜਾਂ ਕੰਪਨੀ ਵੱਲੋਂ ਜਾਂ ਫਿਰ ਸਤਿੰਦਰ ਸਰਤਾਜ ਦੇ ਆਪਣੇ ਹੀ ਯੂਟਿਊਬ ਚੈਨਲ ਤੇ ਆਫੀਸ਼ੀਅਲੀ ਰਿਲੀਜ਼ ਨਹੀਂ ਹੋਇਆ ਤੇ ਇਸ ਤੋਂ ਵੱਡੀ ਗੱਲ ਇਹ ਹੈ ਕਿ ਇਸ ਗਾਣੇ ਦੇ ਬਿਨਾਂ ਆਫੀਸ਼ੀਅਲੀ ਰਿਲੀਜ਼ ਹੋਏ ਹੀ ਬਹੁਤ ਸਾਰੇ ਕਵਰ ਸੌਂਗ ਬਣ ਵੀ ਚੁੱਕੇ ਨੇ ਜਿਹੜੇ ਕਿ ਤੁਹਾਨੂੰ ਯੂਟਿਊਬ ਤੇ ਸੁਣਨ ਨੂੰ ਮਿਲ ਜਾਣਗੇ। ਮੇਰੇ ਦਿਲ ਦੀਆਂ ਮੇਰੀ ਤਸੱਲੀ ਤੇਰੇ ਤੂੰ ਜੋ ਨਜ਼ਰਾਂ ਮਿਲਾਈਆਂ ਸੀ ਭੁੱਲੀਏ ਕਿਵੇਂ ਤੂੰ ਮੁਹੱਬਤਾਂ ਸਿਖਾਈਆਂ ਸੀ ਭੁੱਲੀਏ ਕਿਵੇਂ। ਤੇ ਹਾਲ ਹੀ ਚ ਸਤਿੰਦਰ ਸਰਤਾਜ ਨੇ ਪੰਜਾਬ ਤੱਕ ਦੇ ਇੱਕ ਸ਼ੋਅ ਦੇ ਵਿੱਚ ਇਹ ਖੁਲਾਸਾ ਕੀਤਾ ਕਿ ਉਹਨਾਂ ਦਾ ਇਹ ਗਾਣਾ ਨਵੀਂ ਆਉਣ ਵਾਲੀ ਫਿਲਮ ਸ਼ਾਇਰ ਦਾ ਹਿੱਸਾ ਹੋਵੇਗਾ। ਸਤਿੰਦਰ ਸਰਤਾਜ ਨੇ ਹੁਣ ਤੱਕ 3 ਫਿਲਮਾਂ ਕੀਤੀਆਂ ਨੇ, ਬਲੈਕ ਪ੍ਰਿੰਸ, ਇੱਕੋ ਮਿੱਕੇ ਤੇ ਕਲੀ ਜੋਟਾ। ਤੇ ਇਹਨਾਂ ਤਿੰਨਾਂ ਫਿਲਮਾਂ ਦੀ ਮਿਊਜ਼ਿਕ ਦੀ ਸਿਲੈਕਸ਼ਨ ਬਹੁਤ ਹੀ ਵਧੀਆ ਸੀ ਤੇ ਜ਼ਾਹਿਰ ਹੈ ਕਿ ਇਹਦੇ ਪਿੱਛੇ ਸਤਿੰਦਰ ਸਰਤਾਜ ਦਾ ਹੀ ਹੱਥ ਹੋਵੇਗਾ। ਕਈ ਕ੍ਰਿਟਿਕਸ ਤੇ ਆਮ ਲੋਕਾਂ ਦਾ ਕਹਿਣਾ ਸੀ ਕਿ ਇਹਨਾਂ ਫਿਲਮਾਂ ਦੀ ਕਹਾਣੀ ਤਾਂ ਠੀਕ ਠਾਕ ਸੀ ਪਰ ਇਹਨਾਂ ਫਿਲਮਾਂ ਨੂੰ ਹਿੱਟ ਕਰਾਉਣ ਦੇ ਪਿੱਛੇ ਸਤਿੰਦਰ ਸਰਤਾਜ ਦੇ ਗਾਣਿਆਂ ਦਾ ਬਹੁਤ ਵੱਡਾ ਹੱਥ ਸੀ ਕਿਉਂਕਿ ਸਤਿੰਦਰ ਸਰਤਾਜ ਗਾਇਕ ਦੇ ਨਾਲ ਨਾਲ ਇੱਕ ਬਿਹਤਰੀਨ ਸ਼ਾਇਰ ਵੀ ਨੇ। ਤੇ ਸਰਤਾਜ ਦੇ ਫੈਨਸ ਨੂੰ ਇਹ ਜਾਣ ਕੇ ਵੀ ਬੜੀ ਖੁਸ਼ੀ ਹੋਏਗੀ ਕਿ ਉਹਨਾਂ ਦੀ ਅਗਲੀ ਆਉਣ ਵਾਲੀ ਫਿਲਮ ਦਾ ਨਾਮ ਵੀ ਸ਼ਾਇਰ ਹੈ ਤੇ ਭੁੱਲੀਏ ਕਿਵੇਂ ਗਾਣਾ ਇਸੇ ਹੀ ਫਿਲਮ ਦਾ ਹਿੱਸਾ ਹੈ ਤੇ ਗਾਣਾ ਪਹਿਲਾਂ ਤੋਂ ਹੀ ਸੁਪਰ ਹਿੱਟ ਹੈ ਤਾਂ ਇਹ ਮੰਨ ਲਈਏ ਕਿ ਫਿਲਮ ਦੀ ਕਹਾਣੀ ਜਿਹੋ ਜਿਹੀ ਮਰਜ਼ੀ ਹੋਵੇ ਪਰ ਸਰਤਾਜ ਦੇ ਭੁੱਲੀਏ ਕਿਵੇਂ ਗਾਣੇ ਦੇ ਕਰਕੇ ਫਿਲਮ ਨੇ ਕਾਮਯਾਬੀ ਵੱਲ ਦਾ ਪਹਿਲਾ ਕਦਮ ਪੁੱਟ ਲਿਆ ਹੈ। ਏਦਾਂ ਦੀਆਂ ਹੋਰ ਫਿਲਮੀ ਅਪਡੇਟਸ ਤੇ ਇੰਟਰਸਟਿੰਗ ਵੀਡੀਓਜ਼ ਦੇ ਲਈ ਸ਼ੇਅਰ ਤੇ ਸਬਸਕ੍ਰਾਈਬ ਕਰੋ ਫਿਲਮੀ ਵਲੌਗਰ ਦਾ ਆਫੀਸ਼ੀਅਲ ਯੂਟਿਊਬ ਚੈਨਲ।